ਯੂਪੀ ਦੇ ਪੀਲੀਭੀਤ ਦੇ ਪਿੰਡ ਕੇਸਰਪੁਰ ਨੇੜੇ 17 ਸਾਲਾ ਨੌਜਵਾਨ ਹਰਚਰਨ ਸਿੰਘ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਨੌਜਵਾਨ ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਬੁਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਚਾਚੇ ਅਤੇ ਭਰਾਵਾਂ ਵੱਲੋਂ ਹਰਚਰਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਕਾਫੀ ਭਖਦਾ ਹੈ। ਲੋਕਾਂ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਹਰਚਰਨ ਸਿੰਘ ਨੂੰ ਇਨਸਾਫ ਦਵਾਇਆ ਜਾਵੇ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ, ਫਿਰ ਸੋਸ਼ਲ ਮੀਡੀਆ 'ਤੇ ਇਹ ਮੁੱਦਾ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ 'ਤੇ ਪਰਚਾ ਦਰਜ ਕਰ ਦਿੱਤਾ। ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਵਾਰ ਵਾਰ ਫੋਨ ਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਆਪਣੀ ਪ੍ਰੇਮਿਕਾ ਨੂੰ ਮਿਲਣ ਤੋਂ ਪਹਿਲਾਂ ਹੀ ਹਰਚਰਨ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਚਾਚੇ ਅਤੇ ਭਰਾਵਾਂ ਵੱਲੋਂ ਕਰ ਦਿੱਤਾ ਗਿਆ। ਜਦੋਂ ਹਰਚਰਨ ਸਿੰਘ ਆਪਣੇ ਘਰ ਨਹੀਂ ਆਇਆ ਤਾਂ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਦੋਸਤਾਂ ਵੱਲੋਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ, ਪਰ ਕਾਫੀ ਚਿਰ ਭਾਲ ਕਰਨ 'ਤੇ ਹਰਚਰਨ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ। ਬਾਅਦ ਵਿੱਚ ਹਰਚਰਨ ਸਿੰਘ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਹਰਚਰਨ ਸਿੰਘ ਦੇ ਦੋਸਤ ਅਤੇ ਉਸਦੀ ਪ੍ਰੇਮਿਕਾ ਦੀ ਕਾਲ ਰਿਕੋਡਿੰਗ ਵੀ ਵਾਇਰਲ ਹੁੰਦੀ ਹੈ, ਜਿਸ ਵਿੱਚ ਹਰਚਰਨ ਸਿੰਘ ਦੀ ਪ੍ਰੇਮਿਕਾ ਗੱਲ ਕਰਦੀ ਹੈ ਕਿ ਹਰਚਰਨ ਸਿੰਘ ਮੈਨੂੰ ਮਿਲਿਆ ਨਹੀਂ ਅਤੇ ਉਸਦਾ ਫੋਨ ਨਹੀਂ ਲੱਗ ਰਿਹਾ, ਤੁਸੀਂ ਉਸਦੀ ਭਾਲ ਜਾਰੀ ਰੱਖੋ ਅਤੇ ਉਸਨੂੰ ਖੇਤਾਂ ਵਿੱਚ ਲੱਭੋ, ਹੋ ਸਕਦਾ ਹਰਚਰਨ ਖੇਤਾਂ ਵਿੱਚ ਹੋਵੇ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਹੋਰ ਖਬਰ ਵੀ ਵਾਇਰਲ ਹੋ ਰਹੀ ਹੈ। ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਵੀ ਇਹ ਖਬਰ ਚਲਾਈ ਜਾ ਰਹੀ ਹੈ ਅਤੇ ਵੱਖ ਵੱਖ ਅਕਾਊਂਟਾਂ ਵੱਲੋਂ ਵੀ ਇਹ ਗੱਲ ਪੋਸਟ ਕੀਤੀ ਗਈ ਹੈ ਕਿ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਨੇ ਖੁਦਕੁਸ਼ੀ ਕਰ ਲਈ ਹੈ। ਜਦੋਂ ਸੱਚ ਦੱਸਣਿਆਂ ਨੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਖਬਰ ਝੂਠੀ ਹੈ। ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, ਨਾ ਹੀ ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹਰਚਰਨ ਸਿੰਘ ਦੇ ਸਿਰ 'ਤੇ ਬਾਪ ਦਾ ਸਾਇਆ ਵੀ ਨਹੀਂ ਸੀ, ਇਸ ਕਰਕੇ ਸਾਰੇ ਪਰਿਵਾਰ ਨੂੰ ਹਰਚਰਨ ਸਿੰਘ ਤੋਂ ਬਹੁਤ ਉਮੀਦਾਂ ਸੀ। ਯੂਪੀ ਦੇ ਪੀਲੀਭੀਤ ਦੇ ਪਿੰਡ ਕੇਸਰਪੁਰ ਨੇੜੇ 17 ਸਾਲਾ ਨੌਜਵਾਨ ਹਰਚਰਨ ਸਿੰਘ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਨੌਜਵਾਨ ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਬੁਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਚਾਚੇ ਅਤੇ ਭਰਾਵਾਂ ਵੱਲੋਂ ਹਰਚਰਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਕਾਫੀ ਭਖਦਾ ਹੈ। ਲੋਕਾਂ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਹਰਚਰਨ ਸਿੰਘ ਨੂੰ ਇਨਸਾਫ ਦਵਾਇਆ ਜਾਵੇ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ, ਫਿਰ ਸੋਸ਼ਲ ਮੀਡੀਆ 'ਤੇ ਇਹ ਮੁੱਦਾ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ 'ਤੇ ਪਰਚਾ ਦਰਜ ਕਰ ਦਿੱਤਾ। ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਵਾਰ ਵਾਰ ਫੋਨ ਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਆਪਣੀ ਪ੍ਰੇਮਿਕਾ ਨੂੰ ਮਿਲਣ ਤੋਂ ਪਹਿਲਾਂ ਹੀ ਹਰਚਰਨ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਚਾਚੇ ਅਤੇ ਭਰਾਵਾਂ ਵੱਲੋਂ ਕਰ ਦਿੱਤਾ ਗਿਆ। ਜਦੋਂ ਹਰਚਰਨ ਸਿੰਘ ਆਪਣੇ ਘਰ ਨਹੀਂ ਆਇਆ ਤਾਂ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਦੋਸਤਾਂ ਵੱਲੋਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ, ਪਰ ਕਾਫੀ ਚਿਰ ਭਾਲ ਕਰਨ 'ਤੇ ਹਰਚਰਨ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ। ਬਾਅਦ ਵਿੱਚ ਹਰਚਰਨ ਸਿੰਘ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਹਰਚਰਨ ਸਿੰਘ ਦੇ ਦੋਸਤ ਅਤੇ ਉਸਦੀ ਪ੍ਰੇਮਿਕਾ ਦੀ ਕਾਲ ਰਿਕੋਡਿੰਗ ਵੀ ਵਾਇਰਲ ਹੁੰਦੀ ਹੈ, ਜਿਸ ਵਿੱਚ ਹਰਚਰਨ ਸਿੰਘ ਦੀ ਪ੍ਰੇਮਿਕਾ ਗੱਲ ਕਰਦੀ ਹੈ ਕਿ ਹਰਚਰਨ ਸਿੰਘ ਮੈਨੂੰ ਮਿਲਿਆ ਨਹੀਂ ਅਤੇ ਉਸਦਾ ਫੋਨ ਨਹੀਂ ਲੱਗ ਰਿਹਾ, ਤੁਸੀਂ ਉਸਦੀ ਭਾਲ ਜਾਰੀ ਰੱਖੋ ਅਤੇ ਉਸਨੂੰ ਖੇਤਾਂ ਵਿੱਚ ਲੱਭੋ, ਹੋ ਸਕਦਾ ਹਰਚਰਨ ਖੇਤਾਂ ਵਿੱਚ ਹੋਵੇ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਹੋਰ ਖਬਰ ਵੀ ਵਾਇਰਲ ਹੋ ਰਹੀ ਹੈ। ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਵੀ ਇਹ ਖਬਰ ਚਲਾਈ ਜਾ ਰਹੀ ਹੈ ਅਤੇ ਵੱਖ ਵੱਖ ਅਕਾਊਂਟਾਂ ਵੱਲੋਂ ਵੀ ਇਹ ਗੱਲ ਪੋਸਟ ਕੀਤੀ ਗਈ ਹੈ ਕਿ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਨੇ ਖੁਦਕੁਸ਼ੀ ਕਰ ਲਈ ਹੈ। ਜਦੋਂ ਸੱਚ ਦੱਸਣਿਆਂ ਨੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਖਬਰ ਝੂਠੀ ਹੈ। ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, ਨਾ ਹੀ ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹਰਚਰਨ ਸਿੰਘ ਦੇ ਸਿਰ 'ਤੇ ਬਾਪ ਦਾ ਸਾਇਆ ਵੀ ਨਹੀਂ ਸੀ। ਇਸ ਕਰਕੇ ਸਾਰੇ ਪਰਿਵਾਰ ਨੂੰ ਹਰਚਰਨ ਸਿੰਘ ਤੋਂ ਬਹੁਤ ਉਮੀਦਾਂ ਸੀ। ਯੂਪੀ ਦੇ ਪੀਲੀਭੀਤ ਦੇ ਪਿੰਡ ਕੇਸਰਪੁਰ ਨੇੜੇ 17 ਸਾਲਾ ਨੌਜਵਾਨ ਹਰਚਰਨ ਸਿੰਘ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਨੌਜਵਾਨ ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਬੁਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਚਾਚੇ ਅਤੇ ਭਰਾਵਾਂ ਵੱਲੋਂ ਹਰਚਰਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਕਾਫੀ ਭਖਦਾ ਹੈ। ਲੋਕਾਂ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਹਰਚਰਨ ਸਿੰਘ ਨੂੰ ਇਨਸਾਫ ਦਵਾਇਆ ਜਾਵੇ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ, ਫਿਰ ਸੋਸ਼ਲ ਮੀਡੀਆ 'ਤੇ ਇਹ ਮੁੱਦਾ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ 'ਤੇ ਪਰਚਾ ਦਰਜ ਕਰ ਦਿੱਤਾ। ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਵਾਰ ਵਾਰ ਫੋਨ ਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਆਪਣੀ ਪ੍ਰੇਮਿਕਾ ਨੂੰ ਮਿਲਣ ਤੋਂ ਪਹਿਲਾਂ ਹੀ ਹਰਚਰਨ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਚਾਚੇ ਅਤੇ ਭਰਾਵਾਂ ਵੱਲੋਂ ਕਰ ਦਿੱਤਾ ਗਿਆ। ਜਦੋਂ ਹਰਚਰਨ ਸਿੰਘ ਆਪਣੇ ਘਰ ਨਹੀਂ ਆਇਆ ਤਾਂ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਦੋਸਤਾਂ ਵੱਲੋਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ, ਪਰ ਕਾਫੀ ਚਿਰ ਭਾਲ ਕਰਨ 'ਤੇ ਹਰਚਰਨ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ। ਬਾਅਦ ਵਿੱਚ ਹਰਚਰਨ ਸਿੰਘ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਹਰਚਰਨ ਸਿੰਘ ਦੇ ਦੋਸਤ ਅਤੇ ਉਸਦੀ ਪ੍ਰੇਮਿਕਾ ਦੀ ਕਾਲ ਰਿਕੋਡਿੰਗ ਵੀ ਵਾਇਰਲ ਹੁੰਦੀ ਹੈ, ਜਿਸ ਵਿੱਚ ਹਰਚਰਨ ਸਿੰਘ ਦੀ ਪ੍ਰੇਮਿਕਾ ਗੱਲ ਕਰਦੀ ਹੈ ਕਿ ਹਰਚਰਨ ਸਿੰਘ ਮੈਨੂੰ ਮਿਲਿਆ ਨਹੀਂ ਅਤੇ ਉਸਦਾ ਫੋਨ ਨਹੀਂ ਲੱਗ ਰਿਹਾ, ਤੁਸੀਂ ਉਸਦੀ ਭਾਲ ਜਾਰੀ ਰੱਖੋ ਅਤੇ ਉਸਨੂੰ ਖੇਤਾਂ ਵਿੱਚ ਲੱਭੋ, ਹੋ ਸਕਦਾ ਹਰਚਰਨ ਖੇਤਾਂ ਵਿੱਚ ਹੋਵੇ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਹੋਰ ਖਬਰ ਵੀ ਵਾਇਰਲ ਹੋ ਰਹੀ ਹੈ। ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਵੀ ਇਹ ਖਬਰ ਚਲਾਈ ਜਾ ਰਹੀ ਹੈ ਅਤੇ ਵੱਖ ਵੱਖ ਅਕਾਊਂਟਾਂ ਵੱਲੋਂ ਵੀ ਇਹ ਗੱਲ ਪੋਸਟ ਕੀਤੀ ਗਈ ਹੈ ਕਿ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਨੇ ਖੁਦਕੁਸ਼ੀ ਕਰ ਲਈ ਹੈ। ਜਦੋਂ ਸੱਚ ਦਾ ਸੁਣਿਆ ਨੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਖਬਰ ਝੂਠੀ ਹੈ। ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, ਨਾ ਹੀ ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹਰਚਰਨ ਸਿੰਘ ਦੇ ਸਿਰ 'ਤੇ ਬਾਪ ਦਾ ਸਾਇਆ ਵੀ ਨਹੀਂ ਸੀ। ਇਸ ਕਰਕੇ ਸਾਰੇ ਪਰਿਵਾਰ ਨੂੰ ਹਰਚਰਨ ਸਿੰਘ ਤੋਂ ਬਹੁਤ ਉਮੀਦਾਂ ਸੀ। ਯੂਪੀ ਦੇ ਪੀਲੀਭੀਤ ਦੇ ਪਿੰਡ ਕੇਸਰਪੁਰ ਨੇੜੇ 17 ਸਾਲਾ ਨੌਜਵਾਨ ਹਰਚਰਨ ਸਿੰਘ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਨੌਜਵਾਨ ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਬੁਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਚਾਚੇ ਅਤੇ ਭਰਾਵਾਂ ਵੱਲੋਂ ਹਰਚਰਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਕਾਫੀ ਭਖਦਾ ਹੈ। ਲੋਕਾਂ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਹਰਚਰਨ ਸਿੰਘ ਨੂੰ ਇਨਸਾਫ ਦਵਾਇਆ ਜਾਵੇ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ, ਫਿਰ ਸੋਸ਼ਲ ਮੀਡੀਆ 'ਤੇ ਇਹ ਮੁੱਦਾ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ 'ਤੇ ਪਰਚਾ ਦਰਜ ਕਰ ਦਿੱਤਾ। ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਵਾਰ ਵਾਰ ਫੋਨ ਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਆਪਣੀ ਪ੍ਰੇਮਿਕਾ ਨੂੰ ਮਿਲਣ ਤੋਂ ਪਹਿਲਾਂ ਹੀ ਹਰਚਰਨ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਚਾਚੇ ਅਤੇ ਭਰਾਵਾਂ ਵੱਲੋਂ ਕਰ ਦਿੱਤਾ ਗਿਆ। ਜਦੋਂ ਹਰਚਰਨ ਸਿੰਘ ਆਪਣੇ ਘਰ ਨਹੀਂ ਆਇਆ ਤਾਂ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਦੋਸਤਾਂ ਵੱਲੋਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ, ਪਰ ਕਾਫੀ ਚਿਰ ਭਾਲ ਕਰਨ 'ਤੇ ਹਰਚਰਨ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ। ਬਾਅਦ ਵਿੱਚ ਹਰਚਰਨ ਸਿੰਘ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਹਰਚਰਨ ਸਿੰਘ ਦੇ ਦੋਸਤ ਅਤੇ ਉਸਦੀ ਪ੍ਰੇਮਿਕਾ ਦੀ ਕਾਲ ਰਿਕੋਡਿੰਗ ਵੀ ਵਾਇਰਲ ਹੁੰਦੀ ਹੈ, ਜਿਸ ਵਿੱਚ ਹਰਚਰਨ ਸਿੰਘ ਦੀ ਪ੍ਰੇਮਿਕਾ ਗੱਲ ਕਰਦੀ ਹੈ ਕਿ ਹਰਚਰਨ ਸਿੰਘ ਮੈਨੂੰ ਮਿਲਿਆ ਨਹੀਂ ਅਤੇ ਉਸਦਾ ਫੋਨ ਨਹੀਂ ਲੱਗ ਰਿਹਾ, ਤੁਸੀਂ ਉਸਦੀ ਭਾਲ ਜਾਰੀ ਰੱਖੋ ਅਤੇ ਉਸਨੂੰ ਖੇਤਾਂ ਵਿੱਚ ਲੱਭੋ, ਹੋ ਸਕਦਾ ਹਰਚਰਨ ਖੇਤਾਂ ਵਿੱਚ ਹੋਵੇ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਹੋਰ ਖਬਰ ਵੀ ਵਾਇਰਲ ਹੋ ਰਹੀ ਹੈ। ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਵੀ ਇਹ ਖਬਰ ਚਲਾਈ ਜਾ ਰਹੀ ਹੈ ਅਤੇ ਵੱਖ ਵੱਖ ਅਕਾਊਂਟਾਂ ਵੱਲੋਂ ਵੀ ਇਹ ਗੱਲ ਪੋਸਟ ਕੀਤੀ ਗਈ ਹੈ ਕਿ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਨੇ ਖੁਦਕੁਸ਼ੀ ਕਰ ਲਈ ਹੈ।
ਜਦੋਂ ਸੱਚ ਦੱਸਣਿਆਂ ਨੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਖਬਰ ਝੂਠੀ ਹੈ। ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, ਨਾ ਹੀ ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹਰਚਰਨ ਸਿੰਘ ਦੇ ਸਿਰ 'ਤੇ ਬਾਪ ਦਾ ਸਾਇਆ ਵੀ ਨਹੀਂ ਸੀ, ਇਸ ਕਰਕੇ ਸਾਰੇ ਪਰਿਵਾਰ ਨੂੰ ਹਰਚਰਨ ਸਿੰਘ ਤੋਂ ਬਹੁਤ ਉਮੀਦਾਂ ਸੀ। ਯੂਪੀ ਦੇ ਪੀਲੀਭੀਤ ਦੇ ਪਿੰਡ ਕੇਸਰਪੁਰ ਨੇੜੇ 17 ਸਾਲਾ ਨੌਜਵਾਨ ਹਰਚਰਨ ਸਿੰਘ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਨੌਜਵਾਨ ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਬੁਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਚਾਚੇ ਅਤੇ ਭਰਾਵਾਂ ਵੱਲੋਂ ਹਰਚਰਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਕਾਫੀ ਭਖਦਾ ਹੈ। ਲੋਕਾਂ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਹਰਚਰਨ ਸਿੰਘ ਨੂੰ ਇਨਸਾਫ ਦਵਾਇਆ ਜਾਵੇ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ, ਫਿਰ ਸੋਸ਼ਲ ਮੀਡੀਆ 'ਤੇ ਇਹ ਮੁੱਦਾ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਰਚਰਨ ਸਿੰਘ ਦੀ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ 'ਤੇ ਪਰਚਾ ਦਰਜ ਕਰ ਦਿੱਤਾ। ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਵਾਰ ਵਾਰ ਫੋਨ ਲਾਏ ਜਾਣ ਤੋਂ ਬਾਅਦ ਉਸ ਨੂੰ ਉਸਦੇ ਘਰ ਮਿਲਣ ਗਿਆ ਸੀ, ਪਰ ਆਪਣੀ ਪ੍ਰੇਮਿਕਾ ਨੂੰ ਮਿਲਣ ਤੋਂ ਪਹਿਲਾਂ ਹੀ ਹਰਚਰਨ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਚਾਚੇ ਅਤੇ ਭਰਾਵਾਂ ਵੱਲੋਂ ਕਰ ਦਿੱਤਾ ਗਿਆ। ਜਦੋਂ ਹਰਚਰਨ ਸਿੰਘ ਆਪਣੇ ਘਰ ਨਹੀਂ ਆਇਆ ਤਾਂ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਦੋਸਤਾਂ ਵੱਲੋਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ, ਪਰ ਕਾਫੀ ਚਿਰ ਭਾਲ ਕਰਨ 'ਤੇ ਹਰਚਰਨ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ। ਬਾਅਦ ਵਿੱਚ ਹਰਚਰਨ ਸਿੰਘ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਹਰਚਰਨ ਸਿੰਘ ਦੇ ਦੋਸਤ ਅਤੇ ਉਸਦੀ ਪ੍ਰੇਮਿਕਾ ਦੀ ਕਾਲ ਰਿਕਾਰਡਿੰਗ ਵੀ ਵਾਇਰਲ ਹੁੰਦੀ ਹੈ, ਜਿਸ ਵਿੱਚ ਹਰਚਰਨ ਸਿੰਘ ਦੀ ਪ੍ਰੇਮਿਕਾ ਗੱਲ ਕਰਦੀ ਹੈ ਕਿ ਹਰਚਰਨ ਸਿੰਘ ਮੈਨੂੰ ਮਿਲਿਆ ਨਹੀਂ ਅਤੇ ਉਸਦਾ ਫੋਨ ਨਹੀਂ ਲੱਗ ਰਿਹਾ, ਤੁਸੀਂ ਉਸਦੀ ਭਾਲ ਜਾਰੀ ਰੱਖੋ ਅਤੇ ਉਸਨੂੰ ਖੇਤਾਂ ਵਿੱਚ ਲੱਭੋ, ਹੋ ਸਕਦਾ ਹਰਚਰਨ ਖੇਤਾਂ ਵਿੱਚ ਹੋਵੇ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਹੋਰ ਖਬਰ ਵੀ ਵਾਇਰਲ ਹੋ ਰਹੀ ਹੈ। ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਵੀ ਇਹ ਖਬਰ ਚਲਾਈ ਜਾ ਰਹੀ ਹੈ।